ਹਾਂਜੀ ਸਾਰਿਆਂ ਨੂੰ ਸასი ਸ਼ਾਲਮ ਨਮਸਕਾਰ ਤੁਹਾਡਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਫਤੂਰੋ ਇੰਟਰਨੈਸ਼ਨਲ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਧੰਨਵਾਦ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲੈਣਾ ਗੱਲ ਕਰ ਰਹੇ ਹਾਂ ਪਹਿਲੀ ਕਵਰ ਜਿਹੜੀ ਇਟਲੀ ਦੇ ਨਾਲ ਸਬੰਧਤ ਹੈ ਮਿਲਾਨ ਦੇ ਨਾਲ ਜਿਹੜੀ ਸਬੰਧਤ ਹੈ ਇੱਥੇ ਇੱਕ ਸੰਸਥਾ ਪੈਂਦੀ ਹੈ ਜਿਹੜੀ ਕਿ ਕੋਆਪਰੇਟਿਵ ਕਨਸੋਰਟੀਅਮ ਇਹਨਾਂ ਦੇ ਵਿੱਚ ਜਿਹੜੇ ਦੋ ਸ਼ਖਸ ਜਿਹੜੇ ਕਿ ਮਾਸਿਮੋ ਬ੍ਰੀਕੋਕੋਲੀ ਤੇ ਦੂਸਰੇ ਹੈ ਜੀ ਮਾਰਕੋ ਪ੍ਰਿਵੇਰਨੀ ਜਿਹੜੇ ਕਿ ਪੋਲੀਟੈਕਨਿਕ ਮਿਲਾਨ ਦੇ ਨਾਲ ਸਬੰਧਤ ਵੀ ਹਨ ਇਹਨਾਂ ਨੇ ਘਰਾਂ ਦੇ ਉੱਤੇ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਹੜੇ ਕਿਰਾਏ ਦੇ ਘਰ ਹਨ ਹੁਣ ਜਿਹੜਾ ਉਪਰਾਇਓ ਹੁੰਦਾ ਹੈ ਵਰਕਰ ਹੁੰਦਾ ਹੈ ਤੁਹਾਨੂੰ ਪਤਾ ਹੈ ਕਿ ਵਰਕਰ ਜਿਹੜੇ ਆਮ ਤੌਰ ਤੇ ਆਪਣੇ ਸਾਰੇ ਲੋਕ ਜਿਹੜੇ ਵਰਕਰ ਦੇ ਲੈਵਲ ਦੇ ਹੀ ਹੁੰਦੇ ਹਨ ਹੁਣ ਮਲਾਂ ਦੇ ਵਿੱਚ ਜਿਹੜਾ ਨਵਾਂ ਡਾਟਾ ਪ੍ਰਕਾਸ਼ਿਤ ਹੋਇਆ ਵੀ ਦੱਸਿਆ ਗਿਆ ਹੈ ਕਿ ਇੱਕ ਵਰਕਰ ਮਲਾਂ ਦੇ ਵਿੱਚ ਕਿੰਨੀ ਜਗ੍ਹਾ ਜਿਹੜੀ ਅਫੋਰਡ ਕਰ ਸਕਦਾ ਕਿੰਨੇ ਮੀਟਰ ਦਾ ਘਰ ਜਿਹੜਾ ਅੰਕੜਾ ਨਿਕਲ ਕੇ ਸਾਹਮਣੇ ਆਇਆ ਉਹ ਅੰਕੜਾ ਜਿਹੜਾ ਹੈਰਾਨ ਕਰਨ ਵਾਲਾ ਇੱਕ 12 ਮੀਟਰ ਦਾ ਘਰ ਜਿਹੜਾ ਹੈ ਇੱਕ ਉਪਰਾਇਓ ਜਿਹੜਾ ਅਫੋਰਡ ਕਰ ਸਕਦਾ ਹੈ 12 ਮੀਟਰ ਦਾ ਘਰ ਮਤਲਬ ਕਿ 4 ਮੀਟਰ ਲੰਬਾ ਤੇ 3 ਮੀਟਰ ਚੌੜਾ ਜਿਹਦੇ ਵਿੱਚ ਸਿਰਫ ਇੱਕ ਬੈੱਡ ਹੀ ਆ ਸਕਦਾ ਹੈ ਬਾਕੀ ਦੇ ਉੱਤੇ ਇੱਕ ਡਿਬੇਟ ਵੀ ਹੋਈ ਹੈ ਪਲਾਸੋ ਮਰੀ ਨੂੰ ਜਿਹੜਾ ਕਿ ਹੈੱਡਕੁਆਟਰ ਹੈ ਮਿਊਂਸੀਪੈਲਿਟੀ ਜਿਹੜੀ ਮਿਲਾਂਦੀ ਹੈ ਹੁਣ ਇਟਲੀ ਦੇ ਵਿੱਚ ਇੱਕ ਨਿਯਮ ਹੁੰਦਾ ਹੈ ਜਿਹਦੇ ਵਿੱਚ ਦੱਸਿਆ ਗਿਆ ਸੀ ਕਿ ਅਫੋਰਡੇਬਲ ਘਰ ਕਿਦਾਂ ਆਪਾਂ ਕਹਿ ਸਕਦੇ ਹਾਂ ਕਿਸੇ ਘਰ ਨੂੰ ਅਫੋਰਡੇਬਲ ਇਹਦੇ ਵਿੱਚ ਜਿਹੜੀ 30% ਜਿੰਨੀ ਸਾਡੀ ਸੈਲਰੀ ਬਣਦੀ ਹੈ ਉਸ ਤੋਂ ਪੈਂਦੀ ਉਹ ਨਿਕਲਦਾ ਹੈ ਮਹੀਨੇ ਦਾ ਉਹਦਾ ਜਿਹੜਾ ਮੈਕਸਿਮਮ ਦੱਸਿਆ ਗਿਆ ਕਿ 30% ਜਿਹੜਾ ਹੈ ਤੁਹਾਡਾ ਕਿਰਾਏਾਂ ਦੇ ਵਿੱਚ ਨਿਕਲਣਾ ਚਾਹੀਦਾ ਹੈ ਮਤਲਬ ਜੇ ਤੁਸੀਂ 2000 ਯੂਰੋ ਚੁੱਕਦੇ ਹੋ ਤੇ ਜੇ ਤੁਹਾਡਾ ਘਰ ਦਾ ਜਿਹੜਾ 30% ਦੇ ਹਿਸਾਬ ਦੇ ਨਾਲ 600 ਯੂਰੋ ਕਰਾਇਆ ਨਿਕਲਦਾ ਹੈ ਤਾਂ ਫਿਰ ਜਿਹੜਾ ਉਸ ਘਰ ਨੂੰ ਫੋਰਡੇਬਲ ਕਿਹਾ ਜਾਂਦਾ ਹੈ ਮਤਲਬ ਕਿ ਤੁਸੀਂ ਉਸ ਘਰ ਨੂੰ ਅਫੋਰਡ ਕਰ ਸਕਦੇ ਹੋ ਨੈਕਸਟ ਕਵਰ ਜਿਹੜੀ ਆਪਣੀ ਆਧਾਰ ਕਾਰਡ ਦੇ ਨਾਲ ਸੰਬੰਧਿਤ ਤੇ ਕੱਲ ਇੱਕ ਵੀਰ ਨੇ ਵੀ ਸਵਾਲ ਪੁੱਛਿਆ ਸੀ ਕਿ ਜਿਹੜਾ ਐਨ ਆਰ ਆਈ ਬੰਦਾ ਹੈ ਕੀ ਉਹ ਕਾਨੂੰਨ ਦੇ ਹਿਸਾਬ ਦੇ ਨਾਲ ਆਧਾਰ ਕਾਰਡ ਜਿਹੜਾ ਹੈ ਇੰਡੀਆ ਦਾ ਵਾਲਾ ਬਣਾ ਸਕਦਾ ਹੈ ਜਾਂ ਨਹੀਂ ਤਾਂ ਇਹਦੇ ਵਿੱਚ ਇਸ ਤਰ੍ਹਾਂ ਇੱਕ ਜਿਹੜੇ ਨਵੇਂ ਆਧਾਰ ਕਾਰਡ ਦੇ ਉੱਪਰ ਜਿਹੜੇ ਨਵੇਂ ਰੂਲਸ ਆਏ ਹਨ ਉਹਦੇ ਮੁਤਾਬਕ ਐਨ ਆਰ ਆਈ ਬੰਦਾ ਜਿਹੜਾ ਹੈ ਨੋਨ ਰੈਜ਼ੀਡੈਂਟਸ ਆਫ ਇੰਡੀਆ ਉਹਦੇ ਵਾਸਤੇ ਵੀ ਜਿਹੜੇ ਕੁਝ ਸੁਧਾਰ ਕੀਤੇ ਗਏ ਹਨ ਐਨ ਆਰ ਆਈ ਜਿਹੜਾ ਹੈ ਜੀ ਅਪਲਾਈ ਕਰ ਸਕਦਾ ਹੈ ਆਧਾਰ ਕਾਰਡ ਦੇ ਵਾਸਤੇ ਕਿਸੇ ਵੀ ਆਧਾਰ ਕੇਂਦਰ ਦੇ ਵੀ ਜਾ ਕੇ ਉੱਥੇ ਜਿਹੜਾ ਅਪਲਾਈ ਕੀਤਾ ਜਾ ਸਕਦਾ ਹੈ ਇਹਦੇ ਵੀ ਜਿਹੜਾ ਫਾਰਮ 1 ਲੱਗਦਾ ਹੈ ਉਹ ਜਿਹੜੇ ਰੈਜ਼ੀਡੈਂਸੀ ਇੰਡੀਆ ਦੇ ਲੋਕ ਹਨ ਤੇ ਜਿਹੜੇ ਨੋਨ ਰੈਜ਼ੀਡੈਂਸ ਹਨ ਐਨ ਆਰ ਆਈ 18 ਸਾਲ ਜਾਂ ਇਸ ਤੋਂ ਉੱਪਰ ਵਾਲੇ ਹਨ ਉਹਨਾਂ ਦੇ ਵਾਸਤੇ ਫਾਰਮ 1 ਵੀ ਲੱਗਦਾ ਹੈ ਤੇ ਨਾਲ ਜਿਹੜਾ ਇੰਡੀਅਨ ਐਡਰੈਸ ਪ੍ਰੂਫ ਵੀ ਲੱਗਦਾ ਹੈ ਫਾਰਮ 2 ਜਿਹੜਾ ਹੁੰਦਾ ਹੈ ਉਹ ਸਿਰਫ ਐਨ ਆਰ ਆਈ ਲੋਕਾਂ ਦੇ ਵਾਸਤੇ ਹੁੰਦਾ ਹੈ ਜਿਨ੍ਹਾਂ ਦਾ ਬਾਹਰ ਐਡਰੈਸ ਹੈ ਮਤਲਬ ਕਿ ਉਹ ਬਾਹਰ ਉਹਨਾਂ ਦਾ ਐਡਰੈਸ ਹੋਣਾ ਚਾਹੀਦਾ ਹੈ ਜਿਸ ਜਗ੍ਹਾ ਤੇ ਉਹ ਰਹਿੰਦੀਆਂ ਹਨ ਇੰਡੀਆ ਤੋਂ ਬਾਹਰ ਜਿਹੜਾ ਫਾਰਮ 3 ਹੈ ਇਹਦੇ ਵਿੱਚ 5 ਤੋਂ ਲੈ ਕੇ 18 ਸਾਲ ਦੇ ਬੱਚੇ ਜਿਨ੍ਹਾਂ ਦੇ ਕੋਲ ਪਰਮਾਨੈਂਟ ਇੰਡੀਅਨ ਐਡਰੈਸ ਹੋਵੇ ਜਿਹੜਾ ਫਾਰਮ 4 ਹੁੰਦਾ ਜੀ ਐਨ ਆਰ ਆਈ ਜਿਹੜੇ ਬੱਚੇ ਹਨ ਜਿਨ੍ਹਾਂ ਦੇ ਕੋਲ ਇੰਡੀਆ ਤੋਂ ਬਾਹਰਲਾ ਐਡਰੈਸ ਹੋਵੇ ਇਸ ਤੋਂ ਬਾਅਦ ਫਾਰਮ 5 6 7 8 ਤੇ 9 ਦੇ ਵਿੱਚ ਬਹੁਤ ਸਾਰੀਆਂ ਕੈਟਾਗਰੀਆਂ ਬਣੀਆਂ ਹਨ ਜਿਹਦੇ ਵਿੱਚ residence ਵੀ ਲੋਕ ਆਉਂਦੇ ਆ ਤੇ ਐਨ ਆਰ ਆਈ ਜਿਹੜੇ ਬੱਚੇ ਹਨ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ ਤੇ ਫੋਰਨ ਨੈਸ਼ਨਲ ਜਿਹੜੇ ਹਨ ਬਾਕੀ ਇਸ ਨੂੰ ਅਪਡੇਟ ਕਰਾਉਣਾ 10 ਸਾਲਾਂ ਬਾਅਦ ਜ਼ਰੂਰੀ ਹੁੰਦਾ ਹੈ ਗੱਲ ਕਰ ਲਈਏ 1 ਯੂਰੋ ਦੀ ਇਸ ਦਾ ਰੇਟ ਅੱਜ ਦਾ 90 ਰੁਪਏ 20 ਪੈਸੇ ਚੱਲ ਰਿਹਾ ਹੈ ਇੱਕ ਇੰਗਲੈਂਡ ਦੇ ਪੌਂਡ ਦਾ ਰੇਟ ਜਿਹੜਾ ਅੱਜ ਹੈ 105 ਰੁਪਏ 66 ਪੈਸੇ ਤੇ ਕੈਨੇਡਾ ਦਾ 1 ਡਾਲਰ 68 ਰੁਪਏ 99 ਪੈਸੇ ਅਮਰੀਕਨ ਡਾਲਰ 82 ਰੁਪਏ 96 ਪੈਸੇ ਦੇ ਉੱਤੇ ਚੱਲ ਰਿਹਾ ਹੈ ਬਿਟਕੋਇਨ ਵੀ 43000 ਡਾਲਰ ਦੇ ਨੇੜੇ ਚੱਲ ਰਿਹਾ ਹੈ ਹੁਣ ਗੱਲ ਕਰ ਲਈਏ ਵੱਡੇ ਦਿਸਚ ਦੀ ਜਿਸ ਦਾ ਨਾਮ ਹੈ ਅਮਰੀਕਾ ਲੋਕਾਂ ਦਾ ਸੁਪਨਾ ਹੁੰਦਾ ਹੈ ਕਿ ਅਮਰੀਕਾ ਜਿਹੜਾ ਹੈ ਬਹੁਤ ਵਧੀਆ ਦੇਸ਼ ਹੈ ਇੱਥੇ ਜਾਣਾ ਚਾਹੀਦਾ ਹੈ ਲੋਕ ਲੱਖਾਂ ਰੁਪਈਆ ਲਾ ਕੇ ਅਮਰੀਕਾ ਦੇ ਵਿੱਚ ਜਾਂਦੇ ਹਨ ਕਈ ਵਾਰ ਬੰਦੇ ਦੀ ਕਿਸਮਤ ਹੁੰਦੀ ਹੈ ਕਿ ਜਿਹੜਾ ਕੰਮ ਕਰ ਵਧੀਆ ਮਿਲ ਜਾਂਦਾ ਹੈ ਤੇ ਕਈ ਵਾਰ ਜਿਹੜੀ ਕਿਸਮਤ ਸਾਥ ਨਹੀਂ ਦਿੰਦੀ ਇਸ ਟਾਈਮ ਅਮਰੀਕਾ ਦੇ ਵਿੱਚ ਇੱਕ ਜਿਹੜੀ ਇੰਡੀਆ ਵਾਲੀ ਜਿਹੜੀ ਉੱਥੇ ਵੀ ਜਿਹੜੀ ਘਟਨਾ ਹੋ ਰਹੀ ਹੈ ਜਿੱਦਾਂ ਕਿ ਲੋਕ ਕਹਿੰਦੇ ਨੇ ਕਿ ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹਨ ਬੇਗਰ ਲੋਕ ਹਨ ਘਰਾਂ ਤੋਂ ਬਿਨਾ ਹਨ ਅਮਰੀਕਾ ਦੇ ਵਿੱਚ ਵੀ ਜਿਹੜੀ ਜ਼ਿੰਦਗੀ ਹੈ ਜੀ ਕੁਝ ਲੋਕਾਂ ਦੀ ਨਰਕ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਉਹਦੇ ਵਿੱਚ ਦੱਸਿਆ ਗਿਆ ਕਿ ਅਮਰੀਕਾ ਦੇ ਵਿੱਚ ਲਗਭਗ 7 ਲੱਖ ਲੋਕ ਇਹੋ ਜਿਹੇ ਹਨ ਜਿਹੜੇ ਬੇਘਰ ਹੋ ਚੁੱਕੇ ਹਨ ਤੇ ਇਹਨਾਂ ਦੀ ਜਿਹੜੀ ਗਿਣਤੀ ਹੈ ਘਟਣ ਦੀ ਬਜਾਏ ਦਿਨ ਪਰ ਦਿਨ ਜਿਹੜੀ ਵਾਧਦੀ ਹੀ ਜਾ ਰਹੀ ਹੈ ਇਹਦਾ ਜਿਹੜਾ ਮੇਨ ਕਾਰਨ ਕੀ ਦੱਸਿਆ ਜਾ ਰਿਹਾ ਹੈ ਮੇਨ ਕਾਰਨ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਘਰਾਂ ਦੇ ਕਿਰਾਏ ਹਨ ਅਫੀਤੋ ਹਨ ਉਹ ਲਗਾਤਾਰ ਵਧਦੇ ਜਾ ਰਹੇ ਹਨ ਤੇ ਜਿਹੜੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ ਜਿੱਦਾਂ ਕਿ ਤੁਹਾਨੂੰ ਦੱਸਿਆ ਹੈ ਕਿ ਮਿਲਾਨ ਦੇ ਵਿੱਚ ਇੱਕ ਜਿਹੜਾ ਵਰਕਰ ਹੈ ਤਕਰੀਬਨ ਜਿਹੜੀ ਉਸ ਦੀ ਇਸ ਟੈਂਪ ਕਪੈਸਿਟੀ ਹੈ ਇੱਕ 12 ਮੀਟਰ ਦਾ ਘਰ ਲੈਣ ਦੀ ਜਿਹੜੀ ਕਪੈਸਿਟੀ ਬਚੀ ਹੈ ਹੁਣ 12 ਮੀਟਰ ਦਾ ਘਰ ਜਿਹੜਾ ਹੈ ਤੁਹਾਨੂੰ ਕਿੱਥੇ ਮਿਲੇਗਾ ਤਕਰੀਬਨ ਜਿਹੜੇ ਛੋਟੇ ਤੋਂ ਛੋਟੇ ਘਰ ਵੀ ਹੁੰਦੇ ਹਨ ਤਕਰੀਬਨ 35 40 ਮੀਟਰ ਦੇ ਹੁੰਦੇ ਹਨ ਇਸੇ ਤਰ੍ਹਾਂ ਹੀ ਅਮਰੀਕਾ ਦੇ ਵਿੱਚ ਹੋ ਰਿਹਾ ਹੈ ਤੇ ਹੁਣ ਜਿਹੜੇ ਲੋਕ ਹਨ ਫਲਾਈਓਵਰਾਂ ਦੇ ਥੱਲੇ ਸੜਕਾਂ ਦੇ ਕਿਨਾਰੇ ਸੌਣ ਵਾਸਤੇ ਜਾਂ ਜਿਹੜੇ ਹੋਮ ਸ਼ੈਲਟਰ ਬਣੇ ਹਨ ਮਜਬੂਰ ਹੋ ਚੁੱਕੇ ਹਨ ਨਿਊਯਾਰਕ ਤੇ ਕੈਲੀਫੋਰਨੀਆ ਜਿਹੜਾ ਦੋ ਇਹ ਅਲਾਕੇ ਹਨ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਬੇਗਰ ਲੋਕ ਅਮਰੀਕਾ ਦੇ ਵਿੱਚ ਰਹਿੰਦੇ ਹਨ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਸਰਕਾਰ ਨੇ ਜਿਹੜੇ 11000 ਜਿਹੜੇ ਹੋਮ ਸ਼ੈਲਟਰ ਬਣਾਏ ਹੋਏ ਹਨ ਫਿਰ ਵੀ ਲੋਕ ਜਿਹੜੇ ਹਨ ਸੜਕਾਂ ਦੇ ਬਾਹਰ ਤੇ ਆਪਣੀਆਂ ਗੱਡੀਆਂ ਦੇ ਵਿੱਚ ਸੌਣ ਦੇ ਵਾਸਤੇ ਮਜਬੂਰ ਹਨ ਜੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਝਾਤ ਮਾਰੀ ਜਾਵੇ ਤਾਂ ਜਿਹੜੇ ਇੰਨੇ ਸੰਕਟ ਇਸ ਟਾਈਮ ਦੁਨੀਆ ਚੱਲ ਰਹੇ ਨੇ ਮੇਨ ਕਾਰਨ ਜਿਹੜਾ ਇਹਦੀ ਆਬਾਦੀ ਜਿਹੜੀ ਹੈ ਜ਼ਿਆਦਾ ਆਬਾਦੀ ਵਧ ਰਹੀ ਹੈ ਤੇ ਜਿਹੜੇ ਸਾਧਨ ਹਨ ਉਹ ਘੱਟ ਪੈ ਰਹੇ ਹਨ ਹੁਣ ਗੱਲ ਕਰ ਲਈਏ ਈਜ਼ੀ ਦੀ ਈਜ਼ੀ ਜਿਹੜਾ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਿਹੜੇ ਲੋਕ ਤਾਂ ਜਿਨ੍ਹਾਂ ਦਾ ਜਿੱਦਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਸੈਲਰੀ ਜਿਹੜੀ ਜਾਂ ਤਨਖਾਹਾਂ ਜ਼ਿਆਦਾ ਹਨ ਤੇ ਉਹ ਲੋਕ ਕਈ ਵਾਰ ਜਿਹੜਾ ਈਜ਼ੀ ਨਹੀਂ ਬਣਾਉਂਦੇ ਪਰੰਤੂ ਜਿਹੜਾ ਬੰਦਾ ਇੱਕ ਆਪਣੇ ਆਪ ਨੂੰ ਲੱਗਦਾ ਹੈ ਕਿ ਥੋੜੀ ਗਰੀਬੀ ਹੈ ਉਸਦੇ ਕੋਲ ਗਰੀਬੀ ਦਾਵਾ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਉਹਨਾਂ ਲੋਕਾਂ ਦੇ ਵਾਸਤੇ ਜਿਹੜਾ ਈਜ਼ੀ ਜ਼ਰੂਰੀ ਹੁੰਦਾ ਹੈ ਤੇ ਜ਼ਿਆਦਾਤਰ ਉਹੀ ਲੋਕ ਈਜ਼ੀ ਨੂੰ ਬਣਾਉਂਦੇ ਹਨ ਕਿਉਂਕਿ ਜੇ ਤੁਸੀਂ ਨਿਊਕਲੀਅਰ ਫੈਮਿਲੀ ਦੇ ਵਿੱਚ ਰਹਿੰਦੇ ਹੋ ਮਤਲਬ ਕਿ ਤੁਹਾਡੇ ਬੱਚੇ ਵੀ ਕੰਮ ਕਰਦੇ ਨੇ ਵਾਈਫ ਕੰਮ ਕਰਦੀ ਹੈ ਘਰ ਦੇ ਸਾਰੇ ਜੀ ਕੰ ਸਾਰੇ ਹੀ ਅਗਰ ਕੰਮ ਕਰਦੇ ਤੁਸੀਂ ਆਪਣੇ ਆਪ ਸੋਚ ਸਕਦੇ ਹੋ ਕਿ 80-90000 ਜੀਰੋ ਜਦੋਂ ਘਰ ਦੇ ਵਿੱਚ ਆਏਗਾ ਹਰ ਸਾਲ ਤੋਂ ਨਾਲ ਅਗਰ ਤੁਸੀਂ ਈਜ਼ੇ ਬਣਾਉਗੇ ਤੇ ਈਜ਼ੇ ਜਿਹੜਾ ਹੈ ਜੀ ਬਹੁਤ ਉੱਪਰਲੇ ਲੈਵਲ ਤੇ ਚਲਾ ਜਾਏਗਾ ਹੁਣ ਜਿਹੜਾ ਬੰਦਾ ਬਿਲਕੁਲ ਜਿਹੜਾ ਇਕੱਲਾ ਕੰਮ ਕਰਦਾ ਹੈ ਤੇ ਉਸਦੇ ਘਰ ਦੇ ਵਿੱਚ ਜਿਹੜੇ ਬਾਕੀ ਫੈਮਿਲੀ ਮੈਂਬਰ ਹਨ ਅਗਰ ਉਹ ਕੰਮ ਨਹੀਂ ਕਰਦੇ ਤੇ ਉਸ ਟਾਈਮ ਕੀ ਆਏਗਾ ਉਹ ਜਿਹੜਾ ਬੰਦਾ ਈਜ਼ੇ ਜ਼ਰੂਰ ਬਣਾਉਂਦਾ ਹੈ ਇਹ ਇੱਕ ਇੰਡੀਕੇਟਰ ਹੁੰਦਾ ਹੈ ਜਿਹੜਾ ਕੀ ਦੱਸਦਾ ਹੈ ਕਿ ਬੰਦੇ ਦਾ ਜਿਹੜਾ ਗਰੀਬੀ ਦਾ ਲੈਵਲ ਕਿੰਨਾ ਹੈ ਅਗਰ ਤੁਹਾਡਾ ਈਜ਼ੇ ਘੱਟ ਹੈ ਤਾਂ ਜਿਹੜਾ ਤੁਹਾਡਾ ਬੱਚਾ ਸਕੂਲ ਦੇ ਵਿੱਚ ਰ ਉਹਦਾ ਵੀ ਜਿਹੜਾ ਕੀਮਤ ਹੈ ਜੀ ਘੱਟ ਦੇਣੀ ਪੈਂਦੀ ਹੈ ਨਹੀਂ ਤਾਂ ਇਜ਼ੀ ਤੋਂ ਬਿਨਾ ਜਿਹੜਾ ਰੇਟ ਜ਼ਿਆਦਾ ਲੱਗਦਾ ਹੈ ਜੇ ਘਰ ਦੇ ਵਿੱਚ ਕੋਈ ਬੰਦਾ ਬਿਮਾਰ ਹੈ ਉਸ ਦੀਆਂ ਨੇਪੀਆਂ ਵਗੈਰਾ ਬਦਲਣ ਵਾਸਤੇ ਕੋਈ ਨਰਸ ਘਰ ਦੇ ਵਿੱਚ ਆਉਂਦੀ ਹੈ ਤਾਂ ਜੇ ਤੁਹਾਡਾ ਇਜ਼ੀ ਘੱਟ ਹੈ ਤਾਂ ਤੁਹਾਨੂੰ 5 6 ਯੂਰੋ ਜਾਂ 6.5 7 ਯੂਰੋ ਦੇਣੇ ਪੈਂਦੇ ਹਨ ਇੱਕ ਵਾਰੀ ਦੇ ਜੇ ਤੁਹਾਡਾ ਇਜ਼ੀ ਹਲਤਾ ਹੋ ਚੁੱਕਾ ਹੈ ਤਾਂ ਤਕਰੀਬਨ 10 ਯੂਰੋ ਹਨ ਜਿਹੜੇ ਇੱਕ ਵਾਰ ਦੇ ਦੇਣੇ ਪੈਂਦੇ ਹਨ ਤੇ ਮਹੀਨੇ ਦੇ ਤਕਰੀਬਨ 2.5 200 200 ਜਾਂ 2.5 200 ਯੂਰੋ ਜਿਹੜਾ ਦੇਣਾ ਪੈਂਦਾ ਹੈ ਤੇ ਇਸ ਤੋਂ ਇਲਾਵਾ ਬਿਜਲੀ ਗੈਸ ਜਿਹੜੀ ਇਹ ਚੀਜ਼ ਹੈ ਇਹਦੇ ਉੱਤੇ ਵੀ ਜਿਹੜਾ ਬੋਨਸ ਵਗੈਰਾ ਮਿਲਦਾ ਹੈ ਅਗਰ ਈਜ਼ੇ ਹਲਤਾ ਹੋ ਚੁੱਕਾ ਹੈ ਜਿਆਦਾ ਬਟ ਉੱਚਾ ਈਜ਼ੇ ਹੈ ਤਾਂ ਫਿਰ ਜਿਹੜਾ ਬੋਨਸ ਵਗੈਰਾ ਵੀ ਨਹੀਂ ਮਿਲਦਾ ਸੋ ਈਜ਼ੇ ਬਣਾਉਣ ਦੇ ਵਾਸਤੇ ਜਿਹੜੇ ਕੋਦੀ ਚਿਫਿਸਕਾਲੇ ਹੁੰਦੇ ਹਨ ਤੇ ਕਰਤਾ ਦੀ ਅਦੈਂਤੀਤਾ ਇਹ ਚਾਹੀਦੀ ਹਨ ਇਸ ਤੋਂ ਇਲਾਵਾ ਫੈਮਿਲੀ ਦੇ ਵਿੱਚ ਜਿੰਨੇ ਵੀ ਮੈਂਬਰ ਰਹਿੰਦੇ ਹਨ ਜਿਹੜੇ ਕਿਸ ਤਾਤੂ ਦੀ ਫੈਮਿਲੀਆ ਦੇ ਵਿੱਚ ਇਹਨਾਂ ਦਾ ਨਾਮ ਹੈ ਉਹਨਾਂ ਸਾਰਿਆਂ ਦੇ ਜਿਹੜੇ ਬੈਂਕ ਅਕਾਊਂਟ ਹਨ ਇੱਥੇ ਤੁਸੀਂ ਇਸ ਚੀਜ਼ ਦਾ ਖਿਆਲ ਰੱਖਣਾ ਹੈ ਕਿ ਅਗਰ ਤੁਹਾਡੇ ਕੋਲ ਇੱਕ ਪੋਸਟ ਪੇ ਵੀ ਹੈ ਤਾਂ ਤੁਸੀਂ ਜਿਹੜਾ ਉਸ ਨੂੰ ਵੀ ਇਗਨੋਰ ਨਹੀਂ ਕਰ ਸਕਦੇ ਉਸ ਦੀ ਵੀ ਜਿਹੜੀ ਡਿਟੇਲ ਹੈ ਤੁਹਾਨੂੰ ਦੇਣੀ ਪਵੇਗੀ 31 ਦਸੰਬਰ 2022 ਦੀ ਤੁਹਾਡੇ ਕੋਲ ਗੱਡੀਆਂ ਕਿੰਨੀਆਂ ਹਨ ਜਿਹੜੀਆਂ ਤੁਹਾਡੇ ਜਾਂ ਤੁਹਾਡੇ ਪਰਿਵਾਰ ਦੇ ਨਾਮ ਦੇ ਉੱਤੇ ਹਨ ਮੈਂਬਰਾਂ ਦੇ ਨਾਮ ਦੇ ਉੱਤੇ ਉਹਨਾਂ ਸਾਰਿਆਂ ਦੀ ਜਿਹੜੀ ਡਿਟੇਲ ਹੈ ਉਹ ਵੀ ਦੇਣੀ ਪੈਂਦੀ ਹੈ ਚਲਦੇ ਹਾਂ ਜੀ ਨੈਕਸਟ ਕੌਰ ਉੱਤੇ ਦੀਦਾਰ ਸਿੰਘ ਜੀ ਉਹਨਾਂ ਦਾ ਕਮੈਂਟ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਉਹਨਾਂ ਦੀ ਸਜੋਰ ਨੂੰ ਹੈ ਜੀ 18 ਮਹੀਨਿਆਂ ਤੋਂ ਫਸੀ ਹੋਈ ਹੈ ਸਜੋਰ ਨੂੰ 18 ਮਹੀਨੇ ਹੋ ਚੁੱਕੇ ਹਨ ਅਜੇ ਤੱਕ ਸਜੋਰ ਨੂੰ ਨਹੀਂ ਮਿਲੇ ਬਾਕੀ ਗੱਲ ਕਰ ਲਈ ਉਹਨਾਂ ਵੀਰਾਂ ਦੀ ਜਿਹੜੇ ਹੁਣ ਇਸ ਟਾਈਮ ਜਿਹੜੇ ਪਰਮੈਸੂ ਦੇ ਸ਼ੋਰ ਨੂੰ ਜਿਨ੍ਹਾਂ ਨੇ ਨਿਰਨਿਅਨੂ ਕਰਾਉਣੀ ਹੈ ਜਦੋਂ ਕਿਟ ਲੈ ਕੇ ਕਿਟ ਪ੍ਰਵਾਹ ਕੀ ਡਾਕਖਾਨੇ ਦੇ ਵਿੱਚ ਬੰਦਾ ਜਾਂਦਾ ਹੈ ਪੋਸਟ ਆਫਿਸ ਵਿੱਚ ਤੇ ਮੰਨ ਦੇ ਵਿੱਚ ਆਉਂਦਾ ਹੈ ਕਿ ਪਤਾ ਨਹੀਂ ਕਿਹੜੀ ਤਰੀਕ ਮਿਲਣੀ ਹੁਣ ਜਸਵੀਰ ਸਿੰਘ ਜੀ ਜਿਹੜੇ ਸਾਡੇ ਵੀਰ ਬਰੋਹਨਾਂ ਤੋਂ ਸਾਨੂੰ ਕਮੈਂਟ ਕਰਕੇ ਦੱਸ ਰਹੇ ਹਨ ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਉਹਨਾਂ ਨੂੰ ਫਿੰਗਰਪ੍ਰਿੰਟ ਦੀ ਡੇਟ ਮਿਲ ਰਹੀ ਹੈ ਇਸ ਟਾਈਮ ਜਿਹੜੇ ਲੋਕਾਂ ਨੂੰ ਮਿਲ ਰਹੀ ਹੈ ਤਕਰੀਬਨ ਫਰਵਰੀ 2025 ਦੀ ਫਿੰਗਰਪ੍ਰਿੰਟਾਂ ਦੀ ਡੇਟ ਮਿਲ ਰਹੀ ਹੈ ਤੇ ਅਜੇ ਤੁਸੀਂ ਦੇਖ ਸਕਦੇ ਹੋ ਕਿ ਫਰਵਰੀ 2024 ਸ ਮਤਲਬ ਉਹ ਫਿੰਗਰਪ੍ਰਿੰਟ ਹੀ ਇੱਕ ਇੱਕ ਸਾਲ ਪਿੱਛੇ ਜਾ ਚੁੱਕੇ ਹਨ ਜਿਹੜਾ ਸਿਸਟਮ ਹੈ ਜੀ ਸਾਰੇ ਪਾਸੇ ਬਹੁਤ ਸਲੋ ਚੱਲ ਰਿਹਾ ਹੈ ਚਲਦੇ ਆ ਜੀ ਨੈਕਸਟ ਖਬਰ ਤੇ ਨੈਕਸਟ ਖਬਰ ਜਿਨ੍ਹਾਂ ਵੀਰਾਂ ਨੇ ਪਤੰਤੇ ਵੀ ਕੀਤਾ ਹੋਇਆ ਹੈ ਪੁੱਛਿਆ ਗਿਆ ਸੀ ਕਿ ਜਿਹੜਾ ਪਤੰਤੇ A2 ਹੈ ਜਿਸ ਦੇ ਉੱਤੇ ਤੁਸੀਂ ਜਿਹੜਾ ਕੋਈ ਵੀ ਜਿੱਦਾਂ ਕੀ ਮੋਟਰਸਾਈਕਲ ਵਗੈਰਾ ਜਾਂ ਕੋਈ ਜਿੱਦਾਂ ਟੂ ਵੀਲਰ ਚਲਾ ਸਕਦੇ ਹੋ ਤੋਂ ਉਸ ਦੇ ਵਾਸਤੇ ਕੀ ਹੋਏਗਾ ਕਿ ਲਾਇਸੈਂਸ ਕਰਨ ਦੇ ਵਾਸਤੇ ਦੁਆਰਾ ਜਿਹੜੀ ਥਿਊਰੀ ਕਰਨੀ ਪਵੇਗੀ ਜਾਂ ਫਿਰ ਪ੍ਰੈਕਟੀਕਲ ਦੇ ਨਾਲ ਹੀ ਜਿਹੜਾ ਬਿਲਕੁਲ ਕੰਮ ਸਰ ਜਾਵੇਗਾ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਤੁਹਾਨੂੰ ਜਿਹੜੀ ਹੈ ਅਗਰ ਤੁਸੀਂ ਪਤੰਤੇ ਵੀ ਕੀਤਾ ਹੋਇਆ ਹੈ ਤੇ ਫਿਰ ਤੁਹਾਨੂੰ ਜਿਹੜੀ ਥਿਊਰੀ ਕਰਨ ਦੀ ਲੋੜ ਨਹੀਂ ਹੈ ਸਿਰਫ ਜਿਹੜਾ ਇਜਾਮੇ ਹੀ ਦੇਣਾ ਪਵੇਗਾ ਜਿਹੜਾ ਪ੍ਰੈਕਟੀਕਲ ਜਿਦਾਂ ਕਿ ਗੱਡੀ ਚਲਾਉਣ ਦਾ ਜਿਸ ਨੂੰ ਆਪਾਂ ਕਹਿੰਦੇ ਆ ਪ੍ਰੈਕਟੀਕਲ ਬਾਕੀ ਸਾਡੇ ਜਿੰਨੇ ਵੀ ਵੀਰ ਕਮੈਂਟ ਕਰਦੇ ਨੇ ਜਿਹੜੇ ਕਿ ਦੱਸਦੇ ਹਨ ਕਿ ਵੈਰੀ ਨਾਈਸ ਨਿਊਜ਼ ਤੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕੋਸ਼ਿਸ਼ ਕਰੀਦੀ ਹੈ ਕਿ ਤੁਹਾਨੂੰ ਜਿਹੜੀ ਕੋਈ ਵੀ ਇਹੋ ਜਿਹੀ ਜਾਣਕਾਰੀ ਨਾ ਦਿੱਤੀ ਜਾਵੇ ਜਿਹਦਾ ਕੋਈ ਆਧਾਰ ਜਾਂ ਬੇਸ ਨਾ ਹੋਵੇ ਤੁਹਾਡੇ ਸਾਹਮਣੇ ਉਹੀ ਜਾਣਕਾਰੀ ਲਿਆਂਦੀ ਜਾਵੇ ਜਿਹੜੀ ਬਿਲਕੁਲ ਸੱਚੀ ਹੈ ਜਿਹੜੀ ਬਿਲਕ ਬਾਕੀ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਆਂ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ ਤੁਸੀਂ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ